ਤਰਨਤਾਰਨ ਪੁਲਿਸ ਨੇ ਅੱਡਾ ਬਾਜ਼ਾਰ ਤੇ ਲੰਗਰ ਬਾਜ਼ਾਰ ਦੇ ਵਿੱਚ ਗੁੰਡਾਗਰਦੀ ਕਰਨ ਵਾਲੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਦੀ ਪਹਿਚਾਣ ਜੋਬਨਜੀਤ ਸਿੰਘ ਪੁੱਤਰ ਜਸਪਾਲ ਸਿੰਘ, ਗੋਲਡੀ ਪੁੱਤਰ ਤਾਰਾ ਸਿੰਘ, ਸਾਹਿਬ ਸਿੰਘ ਉਰਫ ਸੋਨੂ ਪੁੱਤਰ ਮਨਜੀਤ ਸਿੰਘ, ਸਹਿਲਦੀਪ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਤਰਨਤਾਰਨ ਵਜੋਂ ਹੋਈ ਹੈ। ਪੁਲਿਸ ਦੇ ਵੱਲੋਂ ਇਹਨਾਂ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ ਅਤੇ ਉਹਨਾਂ ਦਾ ਕਹਿਣਾ ਹੈ ਕਿ ਬਣਦੀ ਕਾਰਵਾਈ ਵੀ ਅਮਲ ਦੇ ਵਿੱਚ ਲਿਆਂਦੀ ਜਾਵੇਗੀ। ਤਰਨਤਾਰਨ ਦੇ ਮੁੱਖ ਅੱਡਾ ਬਾਜ਼ਾਰ ਦੇ ਵਿੱਚ ਕੁਝ ਸ਼ਰਾਰਤੀ ਨੌਜਵਾਨਾਂ ਦੇ ਵੱਲੋਂ 4 ਦਰਜਨ ਤੋਂ ਵੱਧ ਦੁਕਾਨਾਂ ਦੀ ਭੰਨਤੋੜ ਕੀਤੀ ਗਈ, ਜਿਸ ਤੋਂ ਬਾਅਦ ਦੁਕਾਨਦਾਰਾਂ ਨੇ ਪੰਜਾਬ ਪੁਲਿਸ ਦੇ ਖਿਲਾਫ਼ ਚਮ ਕੇ ਨਾਅਰੇਬਾਜ਼ੀ ਕੀਤੀ। ਪ੍ਰਾਪਤ ਜਾਣਕਾਰੀ ਦੇ ਮੁਤਾਬਿਕ ਇੱਕ ਸ਼ਸ਼ੀ ਨਾਮਕ ਦੁਕਾਨਦਾਰ ਦਾ ਕਿਸੇ ਵਿਅਕਤੀ ਦੇ ਨਾਲ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਤੋਂ ਬਾਅਦ ਉਕਤ ਵਿਅਕਤੀ ਆਪਣੇ ਨਾਲ ਹੋਰ ਕਈ ਨੌਜਵਾਨ ਲੈ ਆਇਆ, ਜਿਨ੍ਹਾਂ ਦੇ ਵਿੱਚ ਨਾਬਾਲਗ ਵੀ ਸ਼ਾਮਲ ਸਨ। ਉਕਤ ਨੌਜਵਾਨਾਂ ਨੇ ਸ਼ਸ਼ੀ ਦੀ ਦੁਕਾਨ ਦੀ ਭੰਨਤੋੜ ਸ਼ੁਰੂ ਕਰ ਦਿੱਤੀ। ਦੇਖਦੇ ਹੀ ਉਕਤ ਨੌਜਵਾਨ ਬਾਜ਼ਾਰ ਵਿਚਲੀਆਂ ਲਗਭਗ 4 ਦਰਜਨ ਤੋਂ ਵੱਧ ਦੁਕਾਨਾਂ ਦੀ ਭੰਨਤੋੜ ਕਰ ਗਏ। ਇੱਕ ਦੁਕਾਨ ਤੋਂ ਤਾਂ ਉਕਤ ਨੌਜਵਾਨ ਨੋਟਾਂ ਵਾਲੇ ਹਾਰ ਵੀ ਨਾਲ ਲੈ ਕੇ ਚਲੇ ਗਏ। ਘਟਨਾ ਦੀ ਸੂਚਨਾ ਮਿਲਦੇ ਹੀ DSP ਸਤਨਾਮ ਸਿੰਘ ਅਤੇ ਥਾਣਾ ਸਿਟੀ ਦੇ ਪੁਲਿਸ ਅਧਿਕਾਰੀ ਪਹੁੰਚੇ। ਮੌਕੇ 'ਤੇ 71 ਹੋਏ ਦੁਕਾਨਦਾਰਾਂ ਨੇ ਪੁਲਿਸ ਕੋਲ ਰੱਜ ਕੇ ਰੋਸ ਜਤਾਇਆ। ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਦੋਸ਼ੀਆਂ ਦੀ ਜਲਦ ਤੋਂ ਜਲਦ ਗ੍ਰਿਫਤਾਰੀ ਦੀ ਮੰਗ ਕੀਤੀ ਸੀ। ਕਈ ਦੁਕਾਨਦਾਰਾਂ ਨੇ ਰੋਸ ਜਤਾਇਆ ਕਿ ਕਾਫ਼ੀ ਸਮੇਂ ਤੋਂ CTSHO ਨੇ ਕਦੇ ਬਾਜ਼ਾਰ ਦੇ ਵਿੱਚ ਚੱਕਰ ਵੀ ਨਹੀਂ ਲਗਾਇਆ, ਜਿਸ ਕਰਕੇ ਅਪਰਾਧਿਕ ਕਿਸਮ ਦੇ ਲੋਕਾਂ ਦੇ ਹੌਸਲੇ ਵੱਧ ਰਹੇ ਨੇ। ਉਸ ਤੋਂ ਬਾਅਦ ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ 'ਤੇ ਹਲਕਾ ਵਿਧਾਇਕ ਡਾਕਟਰ ਧਰਮਵੀਰ ਅਗਨੀਹੋਤਰੀ ਵੀ ਪਹੁੰਚੇ। ਉਹਨਾਂ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਉਸ ਤੋਂ ਬਾਅਦ ਪੁਲਿਸ ਦੀ ਢਿੱਲੀ ਕਾਰਵਾਈ ਦੀ ਜੰਮ ਕੇ ਨਿਖੇਧੀ ਕੀਤੀ ਅਤੇ ਉਹਨਾਂ ਨੇ ਲੋਕਾਂ ਨੂੰ ਇਨਸਾਫ਼ ਦਿਵਾਉਣ ਦੀ ਗੱਲ ਆਖੀ। ਮੌਕੇ 'ਤੇ 71 ਹੋਏ ਦੁਕਾਨਦਾਰਾਂ ਨੇ ਪੁਲਿਸ ਕੋਲ ਰੱਜ ਕੇ ਰੋਸ ਜਤਾਇਆ। ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਦੋਸ਼ੀਆਂ ਦੀ ਜਲਦੀ ਤੋਂ ਜਲਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਇਹਦੇ ਵਿੱਚ 4 ਜਿਹੜੇ ਮੇਨ ਮੁਰਜਮ ਸੀ, 4 ਦੇ 4 ਪੁਲਿਸ ਨੇ ਅਰੈਸਟ ਕਰ ਲਏ। ਇੱਕ ਜੋਬਨਜੀਤ ਹੈ, ਇੱਕ ਗੋਲਡੀ ਹੈ, ਸਾਹਿਬ ਸਿੰਘ ਸੋਨੂ ਅਤੇ ਸਾਹਲਦੀਪ, ਇਹ 4 ਪੁਲਿਸ ਨੇ ਅਰੈਸਟ ਕਰ ਲਏ ਨੇ। ਅਤੇ ਇਹਨਾਂ ਦੇ 3 ਹਜੇ ਜਿਹੜੇ ਅਸਿਸਟੈਂਟ ਮਤਲਬ ਨਾਲ ਸੀ, ਸਾਥੀ ਸੀ, ਉਹ ਨਾਲ ਆਏ ਸੀ, ਉਹ 3 ਰਹਿ ਗਏ। 4 ਅਸੀਂ ਪੁਲਿਸ ਨੇ ਤਰਨ ਤਾਰਨ ਪੁਲਿਸ ਨੇ ਅਰੈਸਟ ਕਰ ਲਏ। ਇਹਨਾਂ ਦੇ ਖਿਲਾਫ਼ 307 ਵਗੈਰਾ, 452 ਵਗੈਰਾ, 427 ਜੋ ਜਿਹੜੇ ਕ੍ਰਿਮੀਨਲ ਜਿੰਨੀਆਂ ਬਣਦੀਆਂ ਸੀ ਉਹਦਾ ਪਰਚਾ ਦਰਜ ਕੀਤਾ ਸੀ, ਉਹਦੇ 'ਚ 4 ਅਰੈਸਟ ਕਰ ਲਏ। ਜਿਹੜੀਆਂ ਉਹ ਲੜਕੀਆਂ ਕੁੱਟਣ ਦੀ ਗੱਲ ਕਰ ਰਹੇ ਨੇ, ਜਿਹੜੀ ਅੱਜ ਪੇਪਰਾਂ 'ਚ ਖਬਰ ਲੱਗੀ ਹੈ, ਉਹਦੇ ਵਿੱਚ ਇਹ ਹੈ ਵੀ ਉਹ ਇਹਨਾਂ ਦੇ ਸੋਨੂ ਜਿਹੜਾ ਹੈਗਾ ਮੇਨ, ਜਿਹਦਾ ਪੈਸਿਆਂ ਦਾ ਝਗੜਾ ਸੀ, ਇੱਕ ਤਾਂ ਉਹਦੀ ਬੇਟੀ ਹੈ ਅਤੇ ਇੱਕ ਉਹਦੀ ਵਾਈਫ ਹੈ ਰਿੰਪੀ, ਅਤੇ ਸਿਮਰਨਪ੍ਰੀਤ ਜਿਹੜੀ ਉਹ ਕੁੜੀ ਦੀ ਜੋਬਨਜੀਤ ਹੈ ਜਿਹੜਾ ਉਹ ਮੁਰਜਮ ਨਾਲ ਜਿਹੜੀ ਫੜਿਆ ਦਿਖਾਈ ਦੇ ਰਿਹਾ ਉਹ ਰੋਕ ਰਹੀ ਹੈ ਉਹਦੀ ਬੇਟੀ ਉਹਨੂੰ ਵੀ ਨਾ ਇਹ ਨਾ ਕਰੋ। ਉਹ ਕੁੱਟੀਆਂ ਨਹੀਂ ਹੈਗੀਆਂ, ਉਹ ਇਹਨਾਂ ਦੀਆਂ ਹੀ ਇਹਨਾਂ ਦੇ ਨਾਲ ਹੀ ਆਈਆਂ ਸੀ ਮੁਰਜਮਾਂ ਦੇ ਨਾਲ। ਤਰਨ ਤਾਰਨ ਤੋਂ ਵਿਜੇ ਹੈਪੀ ਦੀ ਰਿਪੋਰਟ, KTV।